ਰਹਿਮਾਨ ਰਹਿਮ ਅਸਲਾਮ ਅਲੈਕਮ ਦੋਸਤੋ ਮੈਂ ਕਰਨਾ ਤੁਸੀਂ ਵੀ ਠੀਕ ਹੋ ਮੈਂ ਵੀ ਠੀਕ ਹਾਂ ਅੱਜ ਮੈਂ ਜੋ ਤੁਹਾਨੂੰ ਆਪਣੀ ਗਾਇ ਦੇ ਬਾਰੇ ਵਿੱਚ ਦੱਸਣਾ ਸਾਡੀ ਗਾਇ ਨੂੰ ਸੂਏ ਦੇ 5-6 ਦਿਨ ਹੋ ਗਿਆ ਇਹਨੇ ਜਿਹੜਾ ਬੱਚਾ ਦਿੱਤਾ ਸੀ ਉਹ ਮੜੇ ਦਾ ਸੀ ਅਤੇ ਕਿੰਨੇ ਦਿਨਾਂ ਦੇ ਅਸੀਂ ਵੀ ਪਰੇਸ਼ਾਨ ਹੈ ਇਹ ਵੀ ਪਰੇਸ਼ਾਨ ਹੈ ਉਹ ਦੰਦੀਆਂ ਪੱਠੇ ਵੀ ਨਹੀਂ ਖਾਇਆ ਕਦੀ ਹੁਣ ਜਾਂ ਚੰਗੀ ਬੜੀ ਹੈ ਓਕੇ ਇਹ ਉਹਦੀ ਛੋਟੀ ਜਿਹੀ ਜਿਹੜੀ ਅਸੀਂ ਇਹਨੂੰ ਵੱਡਾ ਕੀਤਾ ਸੀ ਅਤੇ ਹੁਣ ਇਹ ਦੇਖੋ ਕਿੰਨੀ ਵੱਡੀ ਹੋਈ ਹੈ ਪਹਿਲਾਂ ਛੋਟੀ ਸੀ ਐਵੇਂ ਅਸੀਂ ਤੁਹਾਨੂੰ ਵੀ ਆਖਦਾ ਕੁਛ ਨਹੀਂ ਆਖਦੇ ਪਹਿਲਾਂ ਤਾਂ ਦਬਾਅ ਵੀ ਲੈਂਦੇ ਹਾਂ ਦਬਾਓ ਅਤੇ ਦੌੜ ਲਾਉਣ ਲੱਗ ਪੈਂਦੀ ਹੈ ਅਤੇ ਬੱਚਾ ਮਰ ਗਿਆ ਦੱਸ ਗਿਆ ਹੁੰਦਾ ਤਾਂ ਨਹੀਂ ਚੋਣ ਦਿੰਦੀ ਅਸੀਂ ਅੱਗੇ ਲੱਤਾਂ ਬੰਨ੍ਹ ਕੇ ਚੋਣਦੇ ਹਾਂ ਫਿਰ ਦੁੱਧ ਤਾਂ ਥੋੜ੍ਹਾ ਜਿਹਾ ਦਿੰਦੀ ਹੈ ਤੁਸੀਂ ਦਬਾਅ ਕਢੋ ਕੇ ਦੇਣ ਲੱਗ ਪਏ ਅਤੇ ਨਾਲੇ ਪੱਠੇ ਵੀ ਖਾਣ ਲੱਗ ਪਏ ਅਸੀਂ ਸਾਰੇ ਘਰ ਵਾਲੇ ਨੇ ਇਹਨੂੰ ਬੜੇ ਪਿਆਰ ਨਾਲ ਪਾਲੇ ਗਏ ਅਸੀਂ ਵੀ ਇਹਨੂੰ ਬੜਾ ਪਿਆਰ ਕਰਨੇ ਵਾਲੇ ਸਾਨੂੰ ਬੜਾ ਪਿਆਰ ਕਰਦੀ ਹੈ ਹਰ ਟਾਈਮ ਮੂੰਹ ਥੱਲੇ ਰੱਖ ਕੇ ਬਹਿ ਰਹਿੰਦੀ ਉਦਣ ਦੀ ਬੜੀ ਪਰੇਸ਼ਾਨ ਹੈ ਅੰਮੀ ਅੱਬੂ ਵੀ ਉਦਣ ਦੇ ਬੜੇ ਪਰੇਸ਼ਾਨ ਨੇ ਅੱਬੂ ਕਹਿੰਦੇ ਹਾਂ ਵੇਚ ਨਹੀਂ ਅਸੀਂ ਆਖਿਆ ਨਹੀਂ ਵੇਚਣੀ ਅਸੀਂ ਬੜੇ ਪਰੇਸ਼ਾਨ ਮੈਂ ਤੁਸੀਂ ਦੁਆ ਕਰੋ ਦੁੱਧ ਦੇਣ ਲੱਗ ਪਏ ਅੱਬੂ ਕਹਿੰਦੇ ਦੁੱਧ ਨਹੀਂ ਦਿੰਦੀ ਅਸ ਕੇ ਅਸੀਂ ਵੇਚਣ ਨਹੀਂ ਦੁਆ ਕਰੋ ਦੁੱਧ ਦੇਣ ਲੱਗ ਪਏ ਅਤੇ ਫਿਰ ਅਸੀਂ ਨਾ ਵੇਚੀ ਅੱਬੂ ਦਾ ਵੀ ਨਹੀਂ ਵੇਚਣ ਤਾਂ ਦਿਲ ਕਰਦਾ ਲੇਕਿਨ ਦੁੱਧ ਨਹੀਂ ਦਿੰਦੀ ਅੱਬੂ ਅਸੀਂ ਇਹ ਕਹਿੰਦੇ ਮੈਂ ਵੇਚ ਦਿੰਦੀ ਹਾਂ ਦੁਆ ਕਰੋ ਦੁੱਧ ਦੇਣ ਲੱਗ ਪਏ ਅਤੇ ਫਿਰ ਅਸੀਂ ਨਾ ਵੇਚੀਏ ਪਰ ਅੱਬੂ ਦਾ ਵੀ ਨਹੀਂ ਦਿਲ ਕਰਦਾ ਵੇਚਣ ਇੱਕ ਬਿਮਾਰੀ ਆਈ ਦੀ ਸੀ ਠੋਲ ਅਤੇ ਇਹਨਾਂ ਦੇ ਭੈੜਾਂ ਦੇ ਵਿੱਚ ਅੱਜ ਨਹੀਂ ਇਹਨਾਂ ਵਿੱਚ ਵੀ ਜ਼ਖਮ ਹੋ ਗਏ ਜਿਵੇਂ ਤੁਰਨ ਨਹੀਂ ਹੁੰਦਾ ਇਹਨਾਂ ਕੋਲ ਅਜੇ ਵੀ ਇਹਨਾਂ ਨੂੰ ਦਰਦ ਹੁੰਦੀ ਆ ਅਤੇ ਮੂੰਹ ਨੂੰ ਵੀ ਅੱਗਦੀ ਸੀ ਮੂੰਹ ਵੀ ਨਹੀਂ ਖੁੱਲਦਾ ਅਜੇ ਕਿੰਨੀਆਂ ਜ਼ਿਆਦਾ ਦੰਦ ਵੀ ਟੁੱਟ ਗਏ ਅਤੇ ਪੈਰਾਂ ਉੱਤੇ ਅਜੇ ਖੁੱਲਦੀਆਂ ਲੈ ਵੀ ਲੱਤਾਂ ਨਾਲ ਲੰਘਦੀਆਂ ਅਤੇ ਅਸੀਂ ਫਿਰ ਟੀਕੇ ਲਾਏ ਹਾਂ ਫਿਰ ਹੁਣ ਥੋੜ੍ਹੀ ਬਹੁਤੀ ਸਹੀ ਹੋਊਗੀ ਪਹਿਲਾਂ ਤੇਰੇ ਕੋਲ ਤੁਰਨ ਵੀ ਨਹੀਂ ਹੁੰਦਾ ਨਾ ਪੱਠੇ ਖਾਂਦੀ ਮੂੰਹ ਵਿੱਚ ਹਾਲੇ ਬਣ ਗਏ ਅਤੇ ਹਾਂ ਜੀਭ ਉੱਤੇ ਫਿਰ ਕੱਖ ਨਾ ਖਾ ਸਕਦੀ ਫਿਰ ਟੀਕੇ ਲਾਏ ਹਾਂ ਅਤੇ ਫਿਰ ਸਹੀ ਹੋਈ ਫਿਰ ਪੱਠੇ ਖਾਣ ਲੱਗ ਗਈ ਅਜੇ ਵੀ ਨਹੀਂ ਪੱਠੇ ਖਾਂਦੀ ਥੋੜ੍ਹੇ ਥੋੜ੍ਹੇ ਪੱਠੇ ਖਾਣ ਲੱਗ ਪਈ ਨਾ ਇਹ ਠੀਕ ਹੋ ਗਈ ਫਿਰ ਸੂਈਆ ਦਾ ਬੱਚਾ ਮਰ ਗਿਆ ਅਤੇ ਉਹ ਦੀਦੀ ਫਿਰ ਨਹੀਂ ਪੱਠੇ ਖਾਂਦੀ ਅਤੇ ਇਹਦਾ ਜਿਹੜਾ ਪੜ੍ਹਾਇਆ ਉਹ ਵੀ ਨਹੀਂ ਖਾਂਦਾ ਮੈਂ ਬੜੇ ਬੜਾ ਪਰੇਸ਼ਾਨ ਹਾਂ ਤੁਸੀਂ ਦੁਆ ਕਰੋ ਕਿ ਦੁੱਧ ਦੇਣ ਲੱਗ ਪਏ ਪੱਠੇ ਖਾਣ ਲੱਗ ਪਏ ਅੱਬੂ ਨਾ ਗਈ ਵਿੱਚ ਮੇਰੇ ਦੋਸਤ ਬਜ਼ੁਰਗ ਜਿਹੜੇ ਵੀ ਮੇਰੇ ਲੋਕ ਵੀਡੀਓ ਦੇਖਦੇ ਨੇ ਦੁਆ ਕਰੋ ਕਿ ਸਾਡੀ ਗਾਂ ਦੁੱਧ ਦੇਣ ਲੱਗ ਪਏ ਪੱਠੇ ਖਾਣ ਲੱਗ ਪਏ ਮੇਰੇ ਅੱਬੂ ਨਾ ਵਿੱਚ ਅਸੀਂ ਬੜੇ ਪਿਆਰ ਦੇ ਨਾਲ ਇਹਨੂੰ ਪਾਲੇ ਦੁਆ ਕਰੋ ਮੇਰੀ ਗਾਂ ਦੀ ਅੱਲਾਹ ਹਾਫਿਜ਼